स्वागत है बच्चो सारे दस नवी वीडियो विच। अज आपां शुरू कर लगे आ पाठ दस जमात सतवीं जीवां विच साह क्रिया यानी कि रेस्पिरेशन इन ऑर्गेनिज्म। सारे को पहला अभ्यासी प्रश्न आ, कोई अथलीट दौड़ खत्म होने ते आम नालों वधेरे तेजी नाल डूंघे साह क्यों लैंदा है? हुण ए आम जी गल आ, समझण दी तुहानूं बहुता एफर्ट करन दी लोड़ नहीं है, तुहानूं समझ लग जाणी आ। जदों तुसीं वी किते खेडदे जे जां कोई दौड़ भज कम करदे जे ते तुहानूं साह चढ़ जांदा वा। ਉਹ ਸਾਹ ਕਿਉਂ ਚੜਦਾ ਵਾ? ਕਿਉਂਕਿ ਸਾਡੇ ਜਿਹੜੇ ਸੈੱਲ ਆ ਉਹਨਾਂ ਨੂੰ ਵੱਧ ਆਕਸੀਜਨ ਦੀ ਲੋੜ ਹੁੰਦੀ ਹੈ। ਜਦੋਂ ਅਥਲੀਟ ਦਾ ਮੰਨ ਲਓ ਕੋਈ ਦੌੜਾਕ ਹੈ ਜਿਹੜਾ ਦੌੜਦਾ ਵਾ, ਜਦੋਂ ਕੋਈ ਵਰਕਆਊਟ ਕਰਦਾ ਵਾ, ਕੋਈ ਮੰਨ ਲਓ ਆ ਕੋਈ ਜੀਵ ਆ, ਜੀਵ ਤੋਂ ਮਤਲਬ ਜਿੱਦਾਂ ਅਸੀਂ ਗੱਲ ਕੀਤੀ ਆ ਅਥਲੀਟ ਦੀ ਗੱਲ ਕੀਤੀ ਆ, ਅਥਲੀਟ ਆ ਅਥਲੀਟ ਕੋਈ ਵੀ ਹੋ ਸਕਦਾ ਵਾ ਜਿਹੜਾ ਦੌੜ ਭੱਜ ਦਾ ਕੰਮ ਕਰਦਾ ਵਾ, ਖੇਡਦਾ ਵਾ, ਜਾਂ ਕੋਈ ਵੀ ਮਜ਼ਦੂਰ ਵੀ ਜਦੋਂ ਕੋਈ ਇੱਟਾਂ ਚੁੱਕਦੇ ਆ ਰੇਤ ਚੁੱਕਦੇ ਆ, ਉਹਨਾਂ ਦੀ ਜਿਹੜੀ ਸਾਹ ਕਿਰਿਆ ਵਾ ਤੇਜ਼ ਹੋ ਜਾਂਦੀ ਆ, ਉਹ ਕਿੱਦਾਂ ਹੋ ਜਾਂਦੀ ਆ ਸਮਝੋ। ਜਦੋਂ ਇਹ ਦੌੜਦੇ ਆ, ਇਹਨੇ ਲਾਈ ਦੌੜ, ਇਹਨੇ ਦੌੜ ਲਾਈ, ਦੌੜ ਲਾਈ, ਸਾਹ ਤੇਜ਼ ਹੋ ਜਾਂਦਾ, ਸਾਹ ਤੇਜ਼ ਦਾ ਇਹ ਸਾਰਿਆਂ ਨੂੰ ਪਤਾ, ਇਹ ਤੁਹਾਨੂੰ ਵੀ ਪਤਾ ਵਾ, ਤੁਹਾਡੇ ਘਰਦਿਆਂ ਨੂੰ ਸਾਰਿਆਂ ਨੂੰ ਪਤਾ ਵਾ, ਛੋਟੇ ਬੱਚੇ ਨੂੰ ਪਤਾ ਹੁੰਦਾ ਵਾ, ਵੱਡੇ ਨੂੰ ਪਤਾ ਹੁੰਦਾ ਵਾ ਸਾਹ ਕਿਰਿਆ ਤੇਜ਼ ਹੋ ਜਾਂਦੀ ਆ। ਇਹ ਕਿਉਂ ਹੁੰਦੀ ਆ? ਕਿਉਂਕਿ ਜਿਹੜੇ ਇਹਦੇ ਸਰੀਰ ਦੇ ਸੈੱਲ ਆ ਉਹਨਾਂ ਨੂੰ ਕਾਹਦੀ ਲੋੜ ਆ? ਜਿਆਦਾ ਆਕਸੀਜਨ ਦੀ ਲੋੜ ਆ। ਆਕਸੀਜਨ ਦੀ ਜਿਹੜੀ ਲੋੜ ਆ, ਜਿਹੜੀ ਲੋੜ ਆ ਉਹ ਕੀ ਹੋ ਗਈ ਆ? ਵੱਧ ਗਈ ਆ, ਜਿਆਦਾ ਵੱਧ ਗਈ ਆ। ਜਦੋਂ ਲੋੜ ਵੱਧ ਗਈ ਆਕਸੀਜਨ ਦੀ ਤੇ ਫਿਰ ਉਹ ਜਿਹੜੇ ਸਾਹ ਨੂੰ ਤੇਜ਼ ਹੁੰਦਾ ਵਾ, ਆਕਸੀਜਨ ਜਿਆਦਾ ਚਾਹੀਦੀ ਆ, ਉਹ ਜਿਆਦਾ ਆਕਸੀਜਨ ਖਿੱਚਦੇ ਆ ਤੇ ਇਹਦੇ ਕਰਕੇ ਜੈਸੀ ਸਾਹ ਤੇਜ਼ ਹੁੰਦਾ ਵਾ, ਕਿਉਂਕਿ ਆਕਸੀਜਨ ਉਹਨੂੰ ਜਿਆਦਾ ਚਾਹੀਦਾ, ਮਾਨਿੰਗ ਸਰੀਰ ਜਿਆਦਾ ਕਰਦਾ ਵਾ ਤੇ ਉਹ ਜਿਆਦਾ ਆਕਸੀਜਨ ਖਿੱਚਦੇ ਆ, ਇਸੇ ਲਈ ਉਹਦਾ ਸਾਹ ਜਿਹੜਾ ਵਾ ਤੇਜ਼ ਹੋ ਜਾਂਦਾ ਵਾ। ਤੇ ਜਦੋਂ ਆਕਸੀਜਨ ਜਿਆਦਾ ਜਾਂਦੀ ਆ ਸਰੀਰ ਦੇ ਵਿੱਚ, ਫਿਰ ਊਰਜਾ ਵੀ ਜਿਆਦਾ ਹੀ ਪੈਦਾ ਹੁੰਦੀ ਆ। ਠੀਕ ਹੈ ਜੀ, ਤੁਹਾਨੂੰ ਇਹਦੇ ਆਨਸਰ ਵੀ ਮੈਂ ਨਾਲ ਨਾਲ ਪ੍ਰੋਵਾਈਡ ਕਰ ਦਾਂਗਾ। ਅੱਗੇ ਆ ਜਾਓ, ਆਕਸੀਜਨ ਅਤੇ ਅਨ ਆਕਸੀਜਨ ਸਵਾਸ ਕਿਰਿਆ ਵਿੱਚ ਸਮਾਨਤਾਵਾਂ ਤੇ ਅੰਤਰ ਦੱਸਣਾ ਵਾ। ਆਕਸੀਜਨ ਤੇ ਅਨ ਆਕਸੀਜਨ ਵਿੱਚ ਪਹਿਲਾਂ ਸਮਾਨਤਾਵਾਂ ਵਾ ਫਿਰ ਅੰਤਰ ਆ। ਆਕਸੀਜਨ ਕੀ ਹੁੰਦੀ ਆ? ਆਕਸੀਜਨ ਸਿੱਧਾ ਸਾਹ ਹੈ ਜਿਹੜੀ ਆਕਸੀਜਨ ਦੇ ਨਾਲ ਹੁੰਦੀ ਆ। ਅਨ ਆਕਸੀਜਨ ਅਨ ਮਾਨੇ ਬਿਨਾਂ, ਆਕਸੀਜਨ ਦੇ ਬਿਨਾਂ, ਜਿਹੜੀ ਆਕਸੀਜਨ ਤੋਂ ਬਗੈਰ ਆ ਬਿਨਾਂ ਵਾ ਉਹਨੂੰ ਆਪਾਂ ਅਨ ਆਕਸੀਜਨ ਕਹਿੰਦੇ ਆ। ਹੁਣ ਇਹ ਸਮਾਨਤਾਵਾਂ ਕੀ ਆ? ਪਹਿਲੀ ਸਮਾਨਤਾ ਇਹਦੀ ਦੋਵਾਂ ਦੀ ਹੈਗੀ ਆ ਵੀ ਇਹ ਦੋਵੇਂ ਕਿੱਥੇ ਹੁੰਦੀਆਂ? ਸੈੱਲ ਵਿੱਚ ਹੁੰਦੀਆਂ। ਪਹਿਲੀ ਸਮਾਨਤਾ ਕੀ ਹੋ ਗਈ? ਇਹ ਹੁੰਦੀਆਂ ਵਾ ਸੈੱਲ ਵਿੱਚ। ਦੂਜੀ ਸਮਾਨਤਾ ਵਾ ਵੀ ਇਹਨਾਂ ਚੋਂ ਊਰਜਾ ਪੈਦਾ ਹੁੰਦੀ ਆ। ਠੀਕ ਆ ਜੀ, ਊਰਜਾ ਪੈਦਾ ਹੁੰਦੀ ਆ। ਤੇ ਤੀਜੀ ਜਿਹੜੀ ਸਮਾਨਤਾ ਵਾ ਉਹ ਵਾ ਇਹ ਦੋਵਾਂ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਆ ਪੈਦਾ ਹੁੰਦੀ ਆ। ਇਹ ਤਿੰਨ ਤੇ ਹੋ ਗਈਆਂ ਸਮਾਨਤਾਵਾਂ, ਸੈੱਲ ਵਿੱਚ ਹੁੰਦੀ ਆ, ਊਰਜਾ ਪੈਦਾ ਕਰਦੀਆਂ ਤੇ ਕਾਰਬਨ ਡਾਈਆਕਸਾਈਡ ਪੈਦਾ ਕਰਦੀਆਂ ਵਾ। ਇਹ ਤੋਂ ਅੱਗੇ ਸਮਾਨਤਾਵਾਂ, ਅੱਗੇ ਆ ਜਾਓ ਅੰਤਰ। ਅੰਤਰ ਸਾਡੇ ਕੋਲ ਕੀ ਆ? ਪਹਿਲਾਂ ਤੇ ਆਕਸੀਜਨ ਲਿਖਿਆ ਵਾ, ਫਿਰ ਅਨ ਆਕਸੀਜਨ ਲਿਖਿਆ ਵਾ। ਫਸਟ ਪੁਆਇੰਟ ਅਸੀਂ ਕੀ ਕਰਾਂਗੇ? ਪਹਿਲਾ ਪੁਆਇੰਟ ਤੁਹਾਨੂੰ ਦੱਸਤਾ ਪਹਿਲਾਂ ਹੀ, ਆਕਸੀਜਨ ਕੀ ਆ? ਜਿਹੜੀ ਨਾਲ ਕਿਹਦੇ ਹੁੰਦੀ ਆ? ਇੱਥੇ ਵਰਤੋਂ ਕਿਹਦੇ ਨਾਲ ਹੁੰਦੀ ਆ? ਆਕਸੀਜਨ, ਆਕਸੀਜਨ ਯਾਨੀ ਕਿ O2। ਜਿਹੜੀ ਅਨ ਆਕਸੀ ਆ ਇਹ ਹੁੰਦੀ ਆ ਬਿਨਾ ਆਕਸੀਜਨ। ਇੱਕ ਪੁਆਇੰਟ ਇਹਦਾ, ਬਿਨਾ ਆਕਸੀਜਨ। ਤੁਸੀਂ ਏਦਾਂ ਨੀ ਲਿਖਣਾ ਜਿੱਦਾਂ ਮੈਂ ਲਿਖ ਰਿਹਾ ਵਾ, ਤੁਸੀਂ ਪੂਰੀ ਨਾਲ ਲਿਖਣੀ ਆ। ਅਨ ਆਕਸੀ ਸਵਾਸ ਕਿਰਿਆ ਵਿੱਚ ਆਕਸੀਜਨ ਦੀ ਵਰਤੋਂ ਹੁੰਦੀ ਹੈ, ਅਨ ਆਕਸੀ ਵਿੱਚ ਨਹੀਂ ਹੁੰਦੀ, ਆਕਸੀ ਵਿੱਚ ਹੁੰਦੀ ਆ, ਅਨ ਆਕਸੀਜਨ ਨਹੀਂ ਹੁੰਦੀ, ਪੂਰੀ ਲਾਈਨ ਲਿਖਣੀ ਆ। ਅੱਗੇ ਦੂਸਰਾ ਪੁਆਇੰਟ ਆ ਜੋ, ਇਹਦੇ ਵਿੱਚ ਜਿਹੜੀ ਊਰਜਾ ਪੈਦਾ ਹੁੰਦੀ ਆ, ਗਲਤੀ ਸਮਾਨਤਾ ਵਿੱਚ ਪੜੀ ਸੀ, ਊਰਜਾ ਪੈਦਾ ਹੁੰਦੀ ਆ ਉਹ ਹੁੰਦੀ ਆ ਵੱਧ। ਜਿਹੜੀ ਇੱਧਰ ਊਰਜਾ ਪੈਦਾ ਹੁੰਦੀ ਆ ਇਹ ਹੁੰਦੀ ਆ ਘੱਟ। ਸਿੰਪਲ ਜੀ ਗੱਲ ਆ, ਜਿਹਦੇ ਵਿੱਚ ਆਕਸੀਜਨ ਹੈ ਨੀ ਗੀ, ਆਕਸੀਜਨ ਤੋਂ ਬਿਨਾਂ ਵੇਖਿਆ ਅੱਗ ਵੀ ਨੀ ਲੱਗਦੀ। ਅਸੀਂ ਮੋਮਬੱਤੀ ਦਾ ਐਕਸਪੈਰੀਮੈਂਟ ਕੀਤਾ ਵਾ, ਵੀ ਮੋਮਬੱਤੀ ਆਪਾਂ ਜਲਾਈ ਆ, ਮੋਮਬੱਤੀ ਜਲ ਰਹੀ ਆ, ਅਸੀਂ ਉੱਤੇ ਇੱਕ ਗਲਾਸੀ ਖੱਚ ਦੀ, ਉੱਤੇ ਮੋਦੀ ਮਾਰਤੀ ਆ, ਉਹ ਕੁਛ ਸਕਿੰਟ ਚਲਦੀ ਰਹੇਗੀ, ਬਾਅਦ ਚ ਉਹ ਜਿਹੜੀ ਲਾਈਟ ਆ ਉਹ ਬੁੱਝ ਜਾਂਦੀ ਆ। ਕਿਉਂ ਬੁੱਝ ਜਾਂਦੀ ਆ? ਕਿਉਂਕਿ ਉਹਨੂੰ ਆਕਸੀਜਨ ਨਹੀਂ ਮਿਲੀ ਤੇ ਊਰਜਾ ਖਤਮ ਹੋ ਗਈ, ਮੁੱਕ ਗਈ। ਹੁਣ ਇਹੀ ਯਾਦ ਰੱਖੋ ਇੱਦਾਂ ਹੀ। ਜਿਹੜਾ ਤੀਸਰਾ ਕਾਰਨ ਆ, ਡਿਫਰੈਂਸ ਆ, ਜਿਹੜਾ ਐਂਡ ਪ੍ਰੋਡਕਟ ਜਿਹੜਾ ਬਣਦਾ ਵਾ ਇਹਦੇ ਵਿੱਚ, ਉਹ ਇਹ ਕੀ ਬਣਦਾ ਵਾ ਸਾਡੇ ਕੋਲ ਬਣਦਾ? ਇੱਕ ਤੇ ਬਣਦਾ ਵਾ ਪਾਣੀ, ਕਾਰਬਨ ਡਾਈਆਕਸਾਈਡ, ਨਾਲ ਕੀ ਨਿਕਲਦੀ ਆ? ਊਰਜਾ। ਜਿਹੜਾ ਇਧਰ ਐਂਡ ਪ੍ਰੋਡਕਟ ਬਣਦਾ ਵਾ ਉੱਥੇ ਪਾਣੀ ਨੀ ਬਣਦਾ, ਉੱਥੇ ਕੀ ਬਣਦਾ ਵਾ? ਇਥਾਈਲ ਅਲਕੋਹਲ।
इथाइल एल्कोहल OH ग्रुप ओल अल्कोहल ग्रुप है नाल कार्बन दे लगा हुंदा इक ते इनू कहने आपां इथाइल अल्कोहल ते नाल इहदे च ऊर्जा पैदा हुंदी आ ते कार्बन डाइऑक्साइड ऊर्जा इथे नामात्री हुंदी आ घट ही हुंदी आ बेशक इस पॉइंट विच नहीं ना इहो तां कर स्किप कर दो कोई गल नहीं इह हो गया इहदे जिहड़े डिफरेंस आ जिहड़े अंतर आ हुण अगे चलदे आ किसे क्वेश्चन वल नेक्स्ट क्वेश्चन आ तीसरा ਜਦੋਂ ਅਸੀਂ ਬਹੁਤ ਧੂੜ ਭਰੀ ਹਵਾ ਵਿਚ ਸਾਹ ਲੈਂਦੇ ਹਾਂ ਤਾਂ ਸਾਨੂੰ ਨਿਸ਼ ਕਿਉਂ ਆਉਂਦੀ ਹੈ ਸਾਰੇ ਬੱਚਿਆਂ ਨੂੰ ਪਤਾ ਵਾ ਵੱਡਿਆਂ ਨੂੰ ਪਤਾ ਵਾ ਨਿਸ਼ ਆਉਂਦੀ ਆ ਕਿਉਂ ਹੁੰਦੀ ਆ ਕਿਉਂਕਿ ਸਾਡੀ ਜਿਹੜੀ ਸਾਡੀ ਇਹ ਨੋਜ਼ ਹੁੰਦਾ ਵਾ ਨਾਸ ਖੋੜ ਜਿਹਨੂੰ ਆਪਾਂ ਕਹਿੰਦੇ ਆ ਨਾਸ ਖੋੜ ਇਹ ਜਿਹੜੀ ਨਾਸ ਖੋੜ ਹੁੰਦੀ ਆ ਸਾਨੂੰ ਪਤਾ ਇਹਦੇ ਅੰਦਰ ਕੀ ਹੁੰਦੇ ਆ ਵਾਲ ਹੁੰਦੇ ਆ ਵਾਲ ਕਿਉਂ ਹੁੰਦੇ ਆ ਵਾਲ ਹੁੰਦੇ ਆ ਜਿਹੜੀ ਹਵਾ ਵਾ ਨੂੰ ਪੁੰਨਣਾ ਜਿੱਦਾਂ ਚਾਹ ਪੁਣੀਦੀ ਆ ਉਦਾਂ ਹਵਾ ਪੁਣ ਕੇ ਸਾਡੇ ਅੰਦਰ ਸਰੀਰ ਦੇ ਅੰਦਰ ਐਂਟਰ ਹੋਵੇ ਇਸੇ ਕਰਕੇ ਕਹਿੰਦੇ ਆ ਵੀ ਜ਼ਿਆਦਾ ਸਾਹ ਜਿਹੜਾ ਵਾ ਨੋਜ਼ ਰਾਹੀਂ ਲਾਉ ਇਹਨੂੰ ਪੁੰਨਾ ਕੰਮ ਹੁੰਦਾ ਵਾ ਜਦੋਂ ਹਵਾ ਅੰਦਰ ਗਈ ਨਾਲ ਮਿੱਟੀ ਦੇ ਕਣ ਗਏ ਜਾਂ ਧੂੜ ਦੇ ਜਾਂ ਮਿੱਟੀ ਦੇ ਕਣ ਗਏ ਉਹ ਕੀ ਕਰ ਕਣ ਕੀ ਕਰਦੀ ਆ ਜਿਹੜੀ ਨਾਸ ਕੋਟ ਦੀ ਤਵਜਾ ਹੁੰਦੀ ਆ ਨਾ ਚਮੜੀ ਹੁੰਦੀ ਆ ਇਹ ਹੁੰਦੀ ਆ ਸੈਂਸਿਟਿਵ ਵੈਰੀ ਸੈਂਸਿਟਿਵ ਉਤੇਜਿਤ ਹੁੰਦੀ ਆ ਉਤੇਜਿਤ ਹੁੰਦੀ ਆ ਵੀ ਛੇਤੀ ਉਤੇਜਿਤ ਹੋ ਜਾਂਦੀ ਆ ਜਦੋਂ ਆ ਮਿੱਟੀ ਨਾਲ ਟਕਰਾਉਂਦੀ ਆ ਤੇ ਛੇਤੀ ਉਤੇਜਨਾ ਉਤੇਜਿਤ ਹੋ ਜਾਂਦੀ ਆ ਇਹ ਉਤੇਜਨ ਦੇ ਕਰਕੇ ਹੀ ਸਾਨੂੰ ਕੀ ਹੁੰਦੀ ਆ ਨਿਸ਼ ਤੇ ਨਿਸ਼ ਆਉਣ ਨਾਲ ਹੁੰਦਾ ਕੀ ਆ ਹੁੰਦਾ ਵਾ ਵੀ ਜਿਹੜੀ ਜਿਹੜੇ ਮਿੱਟੀ ਦੇ ਕਾਣੇ ਆ ਜਿਹੜੇ ਧੂੜ ਕਾਣੇ ਆ ਉਹ ਕਿੱਥੇ ਡਿੱਗ ਜਾਂ ਡਿੱਗਦੇ ਆ ਉਹ ਆ ਜਾਂਦੇ ਆ ਬਾਹਰ ਤੇ ਬਾਹਰ ਆ ਜਾਂਦੇ ਆ ਜਿਹੜੀ ਫਰੈਸ਼ ਹਵਾ ਵਾ ਇਹੀ ਅੰਦਰ ਜਾਂਦੀ ਆ ਸਰੀਰ ਵਿੱਚ ਹੁਣ ਸਾਡੇ ਕੋਲ ਅਗਲਾ ਪ੍ਰਸ਼ਨ ਆ ਸਹੀ ਗਲਤ ਆਪਾਂ ਲਾਉਣਾ ਵਾ ਊੜਾ ਵਾ ਪੰਜਵੇਂ ਪ੍ਰਸ਼ਨ ਦਾ ਊੜਾ ਕਾਕਰੋਚਾਂ ਦੇ ਸਰੀਰ ਵਿੱਚ ਹਵਾ ਪ੍ਰਵੇਸ਼ ਕਰਦੀ ਹੈ ਉਹਨਾਂ ਦੇ ਪਹਿਲੀ ਆਪਸ਼ਨ ਹੈ ਫੇਫੜਿਆਂ ਦੁਆਰਾ ਗਲਫੜਿਆਂ ਦੁਆਰਾ ਸਪਾਇਰਕਲ ਹੁੰਦੇ ਆ ਉਹਨਾਂ ਦੁਆਰਾ ਕਿ ਚਮੜੀ ਦੁਆਰਾ ਇਹਦਾ ਆਂਸਰ ਆ ਕਾਕਰੋਚ ਦੀ ਬੋਡੀ 'ਤੇ ਸਪਾਇਰਕਲਸ ਹੁੰਦੇ ਆ ਸਪਾਇਰਕਲਾਂ ਦੁਆਰਾ ਆਪਸ਼ਨ ਹੋਏਗੀ ਯਾਨੀ ਕਿ ਥਰਡ ਆਪਸ਼ਨ ਜਿਹੜੀ ਆ ਸਹੀ ਇਹਦੀ ਗਿਣੀ ਜਾਵੇਗੀ ਅੱਗੇ ਬਹੁਤ ਜ਼ਿਆਦਾ ਕਸਰਤ ਕਰਦੇ ਸਮੇਂ ਸਾਡੀਆਂ ਲੱਤਾਂ ਵਿੱਚ ਜਿਸ ਪਦਾਰਥ ਇਕੱਠੇ ਹੋਣ ਦੇ ਕਾਰਨ ਥਕਾਵਟ ਹੁੰਦੀ ਹੈ ਉਹ ਹੈ ਕਾਰਬਨ ਡਾਈਆਕਸਾਈਡ ਲੈਕਟਿਕ ਐਸਿਡ ਅਲਕੋਹਲ ਕੇ ਪਾਣੀ ਕਿਉਂਕਿ ਜਦੋਂ ਅਸੀਂ ਕਸਰਤ ਕਰਦੇ ਹਾਂ ਜ਼ਿਆਦਾ ਸਾਨੂੰ ਖੱਲੀਆਂ ਪੈਂਦੀਆਂ ਵਾ ਉਹ ਹੁੰਦਾ ਲੈਕਟਿਕ ਐਸਿਡ ਯਾਨੀ ਕਿ ਦੂਸਰੀ ਆਪਸ਼ਨ ਜਿਹੜੀ ਹੈ ਕਰੈਕਟ ਆਂਸਰ ਆ ਕਿਸੇ ਨਾਰਮਲ ਬਾਲਗ ਵਿਅਕਤੀ ਦੀ ਆਰਾਮ ਅਵਸਥਾ ਵਿੱਚ ਔਸਤ ਸਾਹ ਕਿਰਿਆ ਪ੍ਰਦੈਸ਼ ਦਰ ਹੁੰਦੀ ਹੈ ਕਿੰਨੀ ਹੁੰਦੀ ਹੈ 9-12 ਪ੍ਰਤੀ ਮਿੰਟ 15-18 ਪ੍ਰਤੀ ਮਿੰਟ 21-24 ਪ੍ਰਤੀ ਮਿੰਟ 30-33 ਪ੍ਰਤੀ ਮਿੰਟ ਇਹ ਹੁੰਦੀ ਹੈ ਜੀ 15-18 ਪ੍ਰਤੀ ਮਿੰਟ ਯਾਨੀ ਕਿ ਦੂਸਰੀ ਆਪਸ਼ਨ ਜਿਹੜੀ ਆ ਉਹ ਸਹੀ ਹੈ ਈੜੀ ਦੀ ਅੱਗੇ ਵੱਧਦੇ ਹਾਂ ਸੱਸੇ ਪ੍ਰਸ਼ਨ ਵੱਲ ਬਾਹਰ ਸਾਹ ਛੱਡਦੇ ਸਮੇਂ ਪਸਲੀਆਂ ਬਾਹਰ ਦੇ ਵੱਲ ਗਤੀ ਕਰਦੀਆਂ ਵਾਂ ਹੇਠਾਂ ਵੱਲ ਗਤੀ ਕਰਦੀਆਂ ਵਾਂ ਉੱਪਰ ਦੇ ਵੱਲ ਗਤੀ ਕਰਦੀਆਂ ਕਿ ਬਿਲਕੁਲ ਗਤੀ ਨਹੀਂ ਕਰਦੀਆਂ ਕਿਉਂਕਿ ਜਦੋਂ ਆਪਾਂ ਸਾਹ ਬਾਹਰ ਛੱਡਦੇ ਹਾਂ ਤਾਂ ਸਾਡੀਆਂ ਜਿਹੜੀਆਂ ਪਸਲੀਆਂ ਵਾਂ ਉਹ ਗਤੀ ਕਿੱਧਰ ਕਰਦੀਆਂ ਵਾਂ ਉਹ ਗਤੀ ਕਰਦੀਆਂ ਵਾਂ ਹੇਠਾਂ ਵੱਲ ਗਤੀ ਕਰਦੀਆਂ ਹਨ ਯਾਨੀ ਕਿ ਦੂਸਰੀ ਆਪਸ਼ਨ ਜਿਹੜੀ ਆ ਉਹ ਕਰੈਕਟ ਆਪਸ਼ਨ ਇਹਦੀ ਗਿਣੀ ਜਾਵੇਗੀ ਹੁਣ ਅਗਲਾ ਪ੍ਰਸ਼ਨ ਹੈ ਜੀ ਕਾਲਮ ਆਪਾਂ ਮਿਲਾਉਣੇ ਆ ਧਿਆਨ ਨਾਲ ਵੇਖੋ ਪਹਿਲਾਂ ਸਾਡੇ ਕੋਲ ਹੈਗਾ ਵਾ ਖਮੀਰ ਖਮੀਰ ਨੂੰ ਆਪਾਂ ਜੋੜਨਾ ਵਾ ਅਲਕੋਹਲ ਨਾਲ ਅੱਗੇ ਆ ਡਾਇਆਫਰੋਮ ਡਾਇਆਫਰੋਮ ਨੂੰ ਆਪਾਂ ਜੋੜਾਂਗੇ ਛਾਤੀ ਖੋੜ ਨਾਲ ਕਿਉਂਕਿ ਸਾਡੇ ਫੇਫੜਿਆਂ ਦੇ ਨਾਲ ਕਨੈਕਟਡ ਹੁੰਦਾ ਡਾਇਆਫਰੋਮ ਹੇਠਾਂ ਹੁੰਦਾ ਵਾ ਨੈਕਸਟ ਹੈਗਾ ਸਾਡੇ ਕੋਲ ਚਮੜੀ ਚਮੜੀ ਨੂੰ ਹੀ ਜੋੜ ਦੇਣਾ ਗੰਡੋਇਆਂ ਨਾਲ ਕਿਉਂਕਿ ਗੰਡੋਇਆਂ ਦੀ ਜਿਹੜੀ ਚਮੜੀ ਆ ਉਹਨਾਂ ਦਾ ਮੁੱਖ ਆਰਗਨ ਹੁੰਦਾ ਵਾ ਜਿੱਥੋਂ ਸਾਹ ਸਵਾਸਾਂ ਦੀ ਕਿਰਿਆ ਚੱਲਦੀ ਆ ਸਾਰੀਆਂ ਕਿਰਿਆਵਾਂ ਬਹੁਤ ਸਾਰੀਆਂ ਚੱਲਦੀਆਂ ਨੇ ਅੱਗੇ ਪੱਤੇ ਪੱਤੇ ਸਾਨੂੰ ਪਤਾ ਵਾ ਸਟੋਮੈਟਾ ਨਿੱਕੇ ਨਿੱਕੇ ਛੇਕ ਹੁੰਦੇ ਆ ਪੱਤਿਆਂ 'ਚ ਜਿੱਥੋਂ ਗੈਸਾਂ ਦਾ ਆਦਾਨ ਪ੍ਰਦਾਨ ਹੁੰਦਾ ਵਾ ਅੱਗੇ ਸਾਡੇ ਕੋਲ ਆ ਜਾਂਦਾ ਵਾ ਮੱਛੀ ਮੱਛੀ ਅਸੀਂ ਜੋੜ ਦੇਣੀ ਆ ਗਲਫੜਿਆਂ ਨਾਲ
क्योंकि मसी मछी जी सह ली है गलफड़े नाल ਉਹਦਾ ਜਿਹੜਾ ਵਾ ਏਰੀਆ ਵੱਧ ਹੁੰਦਾ ਵਾ ਅਤੇ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਉਹਨੇ ਚੁੱਕਣੀ ਹੁੰਦੀ ਆ ਇਹ ਸਰੀਰ ਗਲਫੜੇ ਲੱਗੇ ਹੁੰਦੇ ਆ ਉਹਦੇ ਸਰੀਰ 'ਤੇ ਅੱਗੇ ਡੱਡੂ ਡੱਡੂ ਵਿੱਚ ਫੇਫੜੇ ਅਤੇ ਚਮੜੀ ਦੋਵੇਂ ਹੁੰਦੇ ਆ ਕਹਿ ਸਕਦੇ ਹਾਂ ਕਿ ਡੱਡੂ ਇੱਕ ਰੱਬ ਨੇ ਡਿਊਲ ਸਿਸਟਮ ਜਿੱਦਾਂ ਸਾਡੇ ਫੂਨ ਹੁੰਦੇ ਆ ਡਿਊਲ ਸਿਮ ਡੱਡੂ ਕੋਲ ਸਾਹ ਲੈਣ ਲਈ ਡਿਊਲ ਔਰਗਨ ਨੇ ਅਗਲੇ ਪ੍ਰਸ਼ਨ ਆ ਠੀਕ ਗਲਤ ਬਹੁਤ ਜ਼ਿਆਦਾ ਕਸਰਤ ਕਰਦੇ ਸਮੇਂ ਵਿਅਕਤੀ ਦੀ ਸਾਹ ਕਿਰਿਆ ਦਰ ਹੌਲੀ ਹੋ ਜਾਂਦੀ ਹੈ ਦੱਸੋ ਹੌਲੀ ਹੁੰਦੀ ਆ ਕਸਰਤ ਕਰਦਿਆਂ ਨਹੀਂ ਹੁੰਦੀ ਇਹਦਾ ਮਤਲਬ ਇਹ ਕੀ ਆ ਗਲਤ ਪੌਦਿਆਂ ਵਿੱਚ ਪ੍ਰਕਾਸ਼ ਸੰਸਲੇਸ਼ਨ ਕੇਵਲ ਦਿਨ ਵਿੱਚ ਜਦੋਂ ਕਿ ਸਾਹ ਕਿਰਿਆ ਸਿਰਫ ਰਾਤ ਵਿੱਚ ਹੁੰਦੀ ਹੈ ਸਾਹ ਕਿਰਿਆ ਸਿਰਫ ਰਾਤ ਹੀ ਹੁੰਦੀ ਹੈ ਪੌਦਿਆਂ ਦੀ ਇਹ ਵੀ ਕੀ ਹੋ ਗਿਆ ਗਲਤ ਡੱਡੂ ਆਪਣੀ ਚਮੜੀ ਦੇ ਇਲਾਵਾ ਆਪਣੇ ਫੇਫੜਿਆਂ ਨਾਲ ਵੀ ਸਾਹ ਕਿਰਿਆ ਕਰਦੇ ਹਨ ਇਹ ਠੀਕ ਆ ਜੀ ਡੱਡੂਆਂ ਕੋਲ ਦੋ ਔਰਗਨ ਹੁੰਦੇ ਆ ਇਹ ਠੀਕ ਆ ਤੀਸਰਾ ਈਡੀ ਠੀਕ ਆ ਮੱਛੀਆਂ ਵਿੱਚ ਸਾਹ ਕਿਰਿਆ ਦੇ ਲਈ ਫੇਫੜੇ ਹੁੰਦੇ ਹਨ ਮੱਛੀਆਂ 'ਚ ਫੇਫੜੇ ਹੁੰਦੇ ਬੱਚਿਓ ਦੱਸੋ ਦੱਸੋ ਸਟੂਡੈਂਟਸ ਮੱਛੀਆਂ ਵਿੱਚ ਅਸੀਂ ਹੁਣੇ ਗੱਲ ਕੀਤੀ ਆ ਵੀ ਗਲਫੜੇ ਹੁੰਦੇ ਆ ਫੇਫੜੇ ਨਹੀਂ ਹੁੰਦੇ ਫੇਫੜੇ ਮਨੁੱਖ ਵਿੱਚ ਹੁੰਦੇ ਆ ਅੰਤਰ ਅੰਦਰ ਸਾਹ ਖਿੱਚਣ ਦੇ ਸਮੇਂ ਛਾਤੀ ਖੋੜ ਦਾ ਆਇਤਨ ਵੱਧ ਜਾਂਦਾ ਹੈ ਛਾਤੀ ਸਾਡੀ ਵੱਡੀ ਹੋ ਜਾਂਦੀ ਜਦੋਂ ਸਾਹ ਅੰਦਰ ਖਿੱਚਦੇ ਹਾਂ ਜਿੱਦਾਂ ਬੈਲੂਨ ਦੇ ਵਿੱਚ ਆਪਾਂ ਜਦੋਂ ਹਵਾ ਭਰਦੇ ਹਾਂ ਅੰਦਰ ਬੈਲੂਨ ਦਾ ਸਾਈਜ਼ ਵੱਧ ਜਾਂਦਾ ਵਾ ਉਸੇ ਤਰ੍ਹਾਂ ਹੀ ਸਾਡੀ ਛਾਤੀ ਦਾ ਸਾਈਜ਼ ਵੀ ਵੱਧ ਜਾਂਦਾ ਵਾ ਇਹ ਵੀ ਕੀ ਆ ਠੀਕ ਆ ਜੀ ਇੱਕ ਸਾਡੇ ਹੋਰ ਪ੍ਰਸ਼ਨ ਆ ਉਹ ਵੀ ਵੇਖ ਲਓ ਪਰਬਤ ਰੋਹੀ ਆਪਣੇ ਨਾਲ ਆਕਸੀਜਨ ਸਿਲੰਡਰ ਲੈ ਜਾਂਦੇ ਹਨ ਕਿਉਂਕਿ 5 ਕਿਲੋਮੀਟਰ ਤੋਂ ਵੱਧ ਉਚਾਈ 'ਤੇ ਜਿਹੜੀ ਆ ਹਵਾ ਨਹੀਂ ਹੁੰਦੀ ਅਗਲਾ ਪ੍ਰਸ਼ਨ ਵੇਖੋ ਉੱਥੇ ਉਪਲਬਧ ਹਵਾ ਦੀ ਮਾਤਰਾ ਭੂਮੀ ਦਲ ਦੇ ਮਾਤਰਾ ਤੋਂ ਘੱਟ ਹੁੰਦੀ ਆ ਉੱਥੇ ਹਵਾ ਦਾ ਤਾਪਮਾਨ ਭੂਮੀ ਦਲ ਦੇ ਤਾਪਮਾਨ ਤੋਂ ਵੱਧ ਹੁੰਦਾ ਵਾ ਪਹਾੜ ਉੱਤੇ ਹਵਾ ਦਾ ਦਬਾਅ ਭੂਮੀ ਦਲ ਦੀ ਤੁਲਨਾ ਵਿੱਚ ਵੱਧ ਹੁੰਦਾ ਵਾ ਸਿਲੰਡਰ ਕਿਉਂ ਖੜਦੇ ਆ ਕਿਉਂਕਿ ਉੱਥੇ ਹਵਾ ਭੂਮੀ ਦਲ ਦੇ ਤਲ ਨਾਲੋਂ ਘੱਟ ਹੁੰਦੀ ਆ ਯਾਨੀ ਕਿ ਸੈਕਿੰਡ ਆਪਸ਼ਨ ਐਡਾ ਆਪਸ਼ਨ ਜਿਹੜੀ ਆ ਇਹਦਾ ਆਨਸਰ ਹੋਏਗੀ ਵੀਡੀਓ ਵਿੱਚ ਇੰਨਾ ਹੀ ਕੰਟੈਂਟ ਸਾਡੇ ਕੋਲ ਹੋਰ ਵੀ ਇੰਪੋਰਟੈਂਟ ਕੁਐਸਚਨ ਹੁੰਦੇ ਆ ਇੱਛਾ ਦੀ ਮਾਰ ਸਕਦੇ ਛੋਟੇ ਮੈਂ ਕੋਸ਼ਿਸ਼ ਕਰਾਂਗਾ ਵੀ ਨਾਲ ਫੋਟੋਆਂ ਜਿਹੜੀਆਂ ਵਾ ਉਹਦੀਆਂ ਪ੍ਰੋਵਾਈਡ ਕਰਦਾ ਤੇ ਜਿਹੜੇ ਜਿਨ੍ਹਾਂ ਨੇ ਮੇਰਾ ਚੈਨਲ ਪਹਿਲੀ ਵਾਰੀ ਖੋਲਿਆ ਵਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਕਰਮਜੀਤ ਸਿੰਘ ਧਾਲੀਵਾਲ ਜਿਹੜਾ ਵਾ ਚੈਨਲ ਦਾ ਜਿਹੜਾ ਨਾਮ ਆ ਤੇ ਡਿਸਕ੍ਰਿਪਸ਼ਨ ਵਿੱਚ ਜਿਹੜਾ ਵਾ ਇਹਦਾ ਸਬਸਕ੍ਰਾਈਬ ਕਰਨ ਵਾਸਤੇ ਲਿੰਕ ਤੁਹਾਨੂੰ ਮਿਲ ਜਾਏਗਾ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜਿੰਦੇ ਰਹੋ ਵੱਸਦੇ ਰਹੋ ਤੇ ਵੱਡੀ ਗੱਲ ਪੜ੍ਹਦੇ ਰਹੋ ਤੇ ਮਾਂ ਪਿਓ ਦਾ ਜਿਹੜਾ ਨਾਮ ਆ ਰੋਸ਼ਨ ਕਰੋ ਸਰ ਸਤਿ ਸ਼੍ਰੀ ਅਕਾਲ ਸਰ